ਬੇਨਤੀਆਂ ਨੂੰ ਦਾਖਲ ਕਰਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਜੇ ਸਾਰੇ ਹੀ ਗੁਰਬਾਣੀ ਸ਼ਬਦ ਵਿੱਚ ਬੋਲਣ ਦੀ ਖੇਤਰ ਕਰੋ। ਪਹਿਲੇ ਨਾਲ ਬੋਲਦਾ ਹੈ ਸਾਰੇ ਭਾਈ ਜਿੱਥੋਂ ਵਾਲੇ ਤੀਜੇ ਪਾਸੇ ਸਮੇਂ ਬੀਬੀਆਂ ਦਰਜਵਲਗੇ ਸ਼ਬਦ ਵਿੱਚ ਬੋਲਣ ਦੀ ਖੇਤਰ ਕਰੋ। ਦੱਸਣਾ ਦੀ ਸਫਲਤਾ ਕੀਤਿਆਂ ਤੋਂ ਹੀ ਹੈ। ਸਾਡੇ ਸਾਰੇ ਹੀ ਰੰਗ ਲੱਗੇ ਸ਼ਬਦ ਵਿੱਚ ਬੋਲਣ ਦੀ ਖੇਤਰ ਕਰੋ। Thank you.
ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਤਾਂ ਸਰਬਾਂ ਜਿਆਈ ਦੇਖਦੇ ਤਾਂ ਜਿਆਨੀ ਮੁਕਤੀ ਦੇ ਧਿਆਈ ਦੇਖਦੇ ਤਾਂ ਇੱਕ ਹੀ ਰਾਜਾ ਮੇਰਾ ਪਿਆਰਾ ਪ੍ਰਿਆ ਕੇ ਮੇਰਾ ਪਿਆਰਾ
ਸਾਨੂੰ ਵਿਅਕਤੀਆਂ ਨੂੰ ਬਾਹਰ ਰੋਲ ਕੇ ਅੰਤਰ ਕਰਨ ਦੀ ਕੋਸ਼ਿਸ਼ ਕਰੋ। ਕੱਲ ਜੁਗ ਦਾ ਹੋਰ ਸਮਾਂ ਚੱਲ ਰਿਹਾ ਹੈ। ਇਸ ਸਮੇਂ ਦੇ ਵਿੱਚ ਗੁਰੂ ਦੀ ਸ਼ਰਨ ਠੀਕ ਹੈ। ਇੱਥੇ ਆ ਕੇ ਇਨਸਾਨ ਆਪਣੇ ਆਪ ਨੂੰ ਸੁੱਖੀ ਮਹਿਸੂਸ ਕਰਦਾ ਹੈ। ਜਿੱਥੇ ਆ ਕੇ ਸ਼ਾਂਤੀ ਸੁੱਖ ਚੈਨ ਜਿਸ ਨੂੰ ਮਿਲ ਸਕਦਾ ਹੈ ਉਹ ਗੁਰੂ ਦੀ ਸ਼ਰਨ ਠੀਕ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਚਲੇ ਜਾਏ ਇਨਸਾਨ ਇਸ ਦੇ ਮਨ ਨੂੰ ਟਿਕਾਵ, ਮਨ ਨੂੰ ਸ਼ਾਂਤੀ, ਮਨ ਨੂੰ ਸੁੱਖ ਇਹ ਕਿਤੇ ਪ੍ਰਾਪਤ ਹੋ ਹੀ ਨਹੀਂ ਸਕਦਾ। ਇਸ ਕਰਕੇ ਜਿਤਨੇ ਪ੍ਰੇਮੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਤਸੰਗ ਵਾਸਤੇ ਪਹੁੰਚੇ ਹੋ ਸਾਰੇ ਹੀ ਕੋਸ਼ਿਸ਼ ਕਰੋ ਇਸ ਮੇਰੇ ਸਮੇਂ ਤੋਂ ਲਾਭ ਉਠਾ ਸਕੀ। ਸਤਸੰਗੀ ਲਾਭ ਉਦੋਂ ਹੀ ਉਠਾਉਂਦਾ ਹੈ ਜਦੋਂ ਮਨ ਟਿਕਿਆ ਹੋਇਆ ਹੋਵੇ, ਮਨ ਇੱਧਰ ਉੱਧਰ ਨਾ ਦੌੜਦਾ ਹੋਵੇ। ਮਨ ਨੂੰ ਟਿਕਾਉਣ ਵਾਸਤੇ ਇਸ ਨੂੰ ਰੋਜ਼ਾਨਾ ਹੀ ਥੋੜ੍ਹਾ ਥੋੜ੍ਹਾ ਅਭਿਆਸ ਕਰਨਾ ਚਾਹੀਦਾ ਹੈ। ਇੱਕਦਮ ਨਹੀਂ ਮਨ ਟਿਕਿਆ ਕਰਦਾ, ਇਸ ਲਈ ਕੋਸ਼ਿਸ਼ ਕਰੋ ਅੰਦਰ ਗੁਰ ਆਰਾਧਨਾ ਜੇ ਮੈਂ ਜਪ ਗੁਰਮਾਤਰੀ ਸਤਿਗੁਰ ਦੇਖਣਾ ਸਰਵੀ ਸੁਨਾ ਗੁਰਮਾ ਨੇਤਰਾਂ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰੋ, ਕੰਨਾਂ ਨੂੰ ਬਾਣੀ ਸੁਣ ਵਿੱਚ ਲਗਾ ਰੱਖੋ। ਜਦੋਂ ਵਕਤ ਆਏ ਜਵਾਨ ਦੁਆਰਾ ਰਸਮਾਂ ਦੁਆਰਾ ਸ਼ਬਦ ਵਿੱਚ ਬੋਲੋ ਔਰ ਖੁਦ ਨਾਲ ਵਿਚਾਰ ਕਰਦੇ ਰਹੋ। ਇਸ ਹਕੀਕੇ ਨਹੀਂ ਮਨ ਟਿਕੇਗਾ ਔਰ ਗੁਰਬਾਣੀ ਦੀ ਵਿਚਾਰ, ਸ਼ਬਦ ਦੀ ਵਿਚਾਰ ਇਸਦੀ ਸਮਝ ਪਏਗੀ ਔਰ ਸਾਰੇ ਹੀ ਨੰਦਨ ਸੰਤ ਮਹਾਰਾਜ ਜੀ ਆੜੇ ਸਾਹਿਬ ਵਾਲੇ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਨੇ। ਉਪਰਾਲਾ ਸਰਦਾਰ ਜੋਗ ਬਾਬਾ ਗੁਰਪ੍ਰੀਤ ਸਿੰਘ ਜੀ ਮਹਾਂਪੁਰਖ ਔਰ ਸਮੂਹ ਸੰਗਤਾਂ ਨੇ ਰਲ ਮਿਲ ਕੇ ਇਹ ਬੜਾ ਵੱਡਾ ਉਪਰਾਲਾ ਕੀਤਾ ਹੈ। ਗੁਰਮੁਖ ਸਮਾਗਮ ਮਨਾ ਰਿਹਾ ਹੈ, ਕੁਛ ਵਿਚਾਰ ਕਰੀਏ। ਗੁਰਮਤ ਇਹ ਸਾਨੂੰ ਮਿਲਦੀ ਹੈ ਗੁਰੂ ਦੀ ਸ਼ਰਨ ਵਿੱਚ ਆਇਆ। ਗੁਰਮਤ ਭਾਵ ਗੁਰੂ ਦੀ ਮਤ, ਮਨਮਤ ਤਾਂ ਸੰਸਾਰ ਵਿੱਚ ਫੈਲੀ ਹੋਈ ਹੀ ਹੈ। ਕਿਸੇ ਪਾਸੇ ਦੇਖ ਲਓ ਜਿੱਥੇ ਝਗੜਾ ਹੈ, ਪ੍ਰਸਾਦ ਹੈ, ਕਦੇ ਕਲੇਸ਼ ਹੈ, ਉੱਥੇ ਮਨਮਤ ਹੀ ਵਰਤ ਰਹੀ ਹੈ। ਗੁਰਮਤ ਜਿਸ ਨੂੰ ਧਾਰ ਕੇ ਉਸਨੇ ਸੁਖੀ ਹੋਣਾ ਹੈ, ਜਿਸ ਨੂੰ ਧਾਰ ਕੇ ਤਮਾਮ ਮੁਲਕਾਂ ਦਾ ਨਾਂ ਜਿਸਨੇ ਕਰਨਾ ਹੈ ਔਰ ਗੁਰੂ ਦੀ ਮਤ ਨਹੀਂ ਹੈ।
ਔਰ ਗੁਰੂ ਦੀ ਮੱਤ ਮਿਲਦੀ ਗੁਰੂ ਦੀ ਸ਼ਰਨ ਵਿੱਚ ਆਇਆ ਤੋਂ ਹੀ, ਕਿਉਂਕਿ ਪਿੱਛੇ ਆਇਆ ਜਿਹੜੇ ਗੁਰਮਤ ਦੇ ਧਾਰਨੀ ਸ਼ਬਦ ਪੁਰਸ਼ ਹੋਏ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਧਾਰਿਆ, ਉਹਨਾਂ ਦੀਆਂ ਕਥਾ ਕਹਾਣੀਆਂ ਹੁੰਦੀਆਂ ਜਿਹਨਾਂ ਨੂੰ ਸੁਣ ਕੇ ਸਾਡੇ ਕਲਯੁਗੀ ਜੀਵਾਂ ਦੇ ਅੰਦਰ ਵਿੱਚ ਉਹ ਪੈਦਾ ਹੁੰਦਾ ਹੈ, ਅਸੀਂ ਵੀ ਉਸ ਅਨੰਦ ਤੱਕ ਪਹੁੰਚ ਸਕੀਏ। ਪਰ ਦੇਖਣ ਵਿੱਚ ਆਇਆ ਬੜੇ ਤਰਲੇ ਤੁਰਦੇ ਹਨ ਜਿਹੜੇ ਇਹ ਗੱਲ ਨੂੰ ਚਾਹੁੰਦੇ ਹਨ ਕਿ ਅਸੀਂ ਵੀ ਪਰਮ ਆਨੰਦ ਨੂੰ ਪ੍ਰਾਪਤ ਹੋ ਜਾਈਏ। ਕੋਈ ਕੋਈ ਭਾਗਾਂ ਵਾਲੇ ਹੁੰਦੇ ਜਿਹਨਾਂ ਨੂੰ ਆਪਣੇ ਜੀਵਨ ਦਾ ਮਕਸਦ ਸਮਝਾ ਜਾਂਦਾ ਹੈ, ਔਰ ਰਲ ਮਿਲ ਕੇ ਕੁਛ ਵਿਚਾਰ ਕਰੀਏ ਸੂਰਜ ਮਹਾਰਾਜ ਜਿਹਨਾਂ ਨੇ ਅਹਿਮਾਤ ਲੋਕ ਦੇ ਵੀ ਸਾਡੇ ਕਲਯੁਗੀ ਜੀਵਾਂ ਦੇ ਵਾਸਤੇ ਪੰਚ ਭੌਤਿਕ ਦੇਹ ਨੂੰ ਧਾਰਨ ਕੀਤਾ ਹੈ। ਸੰਤਾਂ ਨੂੰ ਵੀ ਆਪਣਾ ਨਿਰਮੋਖ ਨਹੀਂ ਹੁੰਦਾ ਸੰਸਾਰ ਵਿੱਚ ਆਉਣ, ਕੋਈ ਕਰਮਾਂ ਦਾ ਬੰਧਨ ਨਹੀਂ ਹੁੰਦਾ, ਉਹ ਵਾਹਿਗੁਰੂ ਪਰਮੇਸ਼ਵਰ ਦੇ ਭੇਜੇ ਹੋਏ ਸੰਸਾਰ ਵਿੱਚ ਆਉਂਦੇ ਔਰ ਆ ਕੇ ਜੋ ਵਾਹਿਗੁਰੂ ਉਹਨਾਂ ਦੀ ਡਿਊਟੀ ਲਗਾਉਂਦਾ ਹੈ ਉਸ ਡਿਊਟੀ ਨੂੰ ਪੂਰਾ ਕਰਦੇ। ਸੰਤ ਮਹਾਰਾਜ ਸਾਡੇ ਸਾਹਿਬ ਵਾਲੇ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਵਾਹਿਗੁਰੂ ਦਾ ਭਜਨ, ਵਾਹਿਗੁਰੂ ਦਾ ਨਾਮ ਆਪ ਜਪਿਆ ਔਰ ਦੂਜਿਆਂ ਨੂੰ ਉਪਦੇਸ਼ ਕੀਤਾ ਹੈ। ਜੇ ਕੋਈ ਕਹੇ ਮੈਂ ਇਹ ਜਵਾਨ ਸੰਤ ਮਹਾਰਾਜ ਦਾ ਜੀਵਨ ਬਿਆਨ ਕਰ ਸਕਦਾ ਹਾਂ ਜਾਂ ਸੰਤ ਮਹਾਰਾਜ ਦੀ ਮਹਿਮਾ ਕਥਨ ਕਰ ਸਕਦਾ ਹਾਂ, ਇਹ ਗੱਲ ਰੁਕਦੀ ਨਹੀਂ ਅੱਛੇ ਤਰੀਕੇ ਅਨੁਸਾਰ, ਕਿਉਂਕਿ ਉਹਦਾ ਆਪ ਪਰਮੇਸ਼ਵਰ ਵਾਹਿਗੁਰੂ ਵਿੱਚ ਅਭੇਦ ਵਾਹਿਗੁਰੂ ਹੀ, ਵਾਹਿਗੁਰੂ ਦੀ ਮਹਿਮਾ ਕੋਈ ਕੀ ਕਰ ਸਕਦਾ ਹੈ, ਵਾਹਿਗੁਰੂ ਦੇ ਗੁਣ ਵੀ ਕੀ ਗਾ ਸਕਦਾ ਹੈ। ਫਿਰ ਸੰਤ ਉਹ ਵੀ ਮਾਤਾ ਜੀ ਰਾਣੇ ਸਾਹਿਬ ਵਾਲੇ ਉਹਨਾਂ ਦੇ ਪ੍ਰਥਾਏ ਜੇ ਗੁਰਬਾਣੀ ਪੜ੍ਹੀਏ ਸੁਣੀਏ ਐਸੇ ਭਜਨ ਸਾਧ ਸਾਹਮਣੇ ਆ ਜਾਣਗੇ, ਸਾਧ ਕੀ ਮਹਿਮਾ ਵੇਦ ਨਾ ਜਾਣਗੇ, ਦਿੱਤਾ ਮੈਂ ਦਿੱਤਾ ਉੱਠਿਆ ਜਦੋਂ ਵੇਦ ਕਦੇ ਉਹ ਸਤਪੁਰਸ਼ ਦੀ ਮਹਿਮਾ ਨਹੀਂ ਕਰ ਸਕਦੇ, ਸਤਪੁਰਸ਼ ਦੀ ਮਹਿਮਾ ਨਹੀਂ ਕਥਨ ਕਰ ਸਕਦੇ ਸਾਡੇ ਵਰਗੇ ਕਲਯੁਗੀ ਜੀ, ਇਹਨਾਂ ਦੀ ਕੀ ਹਸਤੀ ਹੈ ਜੋ ਸੰਤ ਮਹਾਰਾਜ ਦੇ ਕੁਛ ਮਹਿਮਾ ਨੂੰ ਬਿਆਨ ਕਰ ਸਕੇ। ਔਰ ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਜਦ ਗੁਰੂ ਬਾਬਾ ਜੀ ਸੰਤਾਂ ਦੀ ਮਹਿਮਾ ਕਥਨ ਕਰਦੇ ਹਨ ਆਪਾਂ ਰਲ ਮਿਲ ਕੇ ਕੁਛ ਬੜੀ ਵਿਚਾਰ ਕਰਦੇ ਹਾਂ, ਹਰ ਹਰ ਜਨਮ ਇੱਕ ਹੈ, ਵਿਚਾਰ ਕੁਛ ਨਾ ਜੀ ਜਲ ਦੇ ਉਪਜਿਤ ਰਹਿ ਜਾਲੀ ਵਿਖੇ ਸਮਾਜ
ਜਿਹਨਾਂ ਨਾਲ ਵਿਸਰੇ ਨਾ ਸਿੱਖ ਨਹੀਂ ਆ ਭੇਜਣਾ ਜਾਣੋ ਮੂਲ ਸਾਈ ਉਹਦਾ ਸਾਈ ਵਿੱਚ ਅਭੇਦ ਹਨ ਵਾਹਿਗੁਰੂ ਪਰਮੇਸ਼ਰ ਸਰੂਪ ਹਨ ਸਾਸਨ ਵੀ ਫਰਕ ਹੈ ਨਹੀਂ ਸਾਈ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਸੰਤ ਉਹੀ ਹੈ ਜਿਸ
ਸਦਾ ਜੀਵਨ ਗੁਰਬਾਣੀ ਦੀ ਕਸੌਟੀ ਦੇ ਪੂਰਾ ਉਤਰਦਾ ਜੋ ਗੁਰੂ ਜੀ ਕਹਿੰਦੇ ਹਨ ਉਹਨਾਂ ਬੱਚਿਆਂ ਦੇ ਖਰਾਬ ਉਤਰੇ ਹੋਈ ਸੰਤ ਦਰਸ ਜਿਸਨੇ ਐਵੇਂ ਸਰੀਰ ਫੇਕ ਵਸਤਰ ਦਾ ਨਾਮ ਸੰਤ ਸੰਤ ਕਰਨੀ ਹੈ ਸੰਤ ਕਮਾਈ ਹੈ ਹਾਂਜੀ ਕਿਹੋ ਜਿਹੇ ਹੁੰਦੇ ਹਨ ਗੁਰੂ ਜੀ ਦੱਸ ਰਹੇ ਹਨ ਜੋ ਕਿ ਕਰਾਇਆ ਸੋ ਹੀ ਪਰਮਾਨ ਹੈ ਰਾਮ ਨਾਮ ਪੰਜਾਬ ਦੇ ਜਿਹੜੇ ਨਾਮ ਦੇ ਰੰਗੀਨ ਸਤਪੁਰਸ਼ ਹਨ ਰੰਗੀਨ ਭਾਵ ਰੰਗੇ ਜਿਹੜੇ ਨਾਮ ਵਿੱਚ ਰੰਗੇ ਹਨ ਉਹਨਾਂ ਦਾ ਇਸ ਸ਼ਬਦ ਦੇ ਦੋ ਤਰ੍ਹਾਂ ਦੇ ਨਾਲ ਨਾਮੇ ਪੁਰਸ਼ ਵਿਦਵਾਨ ਪੁਰਸ਼ ਅਰਥ ਕਰਦੇ ਹਨ ਸੰਪਰਦਾਇ ਜੋ ਵਿੱਚ ਕਰੇ ਸੋ ਹੀ ਪ੍ਰਮਾਨ ਹੈ ਪਹਿਲਾਂ ਆਪਣਾ ਇਹ ਜੋ ਰੱਬ ਦੇ ਪਿਆਰੇ ਸੰਤ ਹੁੰਦੇ ਔਰ ਜੋ ਵੀ ਸੰਸਾਰ ਵਿੱਚ ਕੁਛ ਉਤਰਿਆ ਹੈ ਜੋ ਵੀ ਕੁਛ ਹੋ ਰਿਹਾ ਉਹ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੀ ਗਿਆਨ ਹੈ ਜੋ ਕੁਛ ਕਰੇ ਸੋਈ ਪ੍ਰਮਾਨ ਪ੍ਰਭੂ ਦਾ ਕੀਤਾ ਵੀ ਕੁਛ ਜੋ ਵੀ ਕੁਛ ਹੋਇਆ ਹੈ ਹੋ ਰਿਹਾ ਹੈ ਜੇ ਜਾਗ ਨਹੀਂ ਕਿਉਂਕਿ ਉਹਨਾਂ ਨੂੰ ਹੁਕਮ ਦੀ ਖੇਡ ਸਮਝ ਆ ਚੁੱਕੀ ਹੈ ਬਾਹਰੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋ ਰਿਹਾ ਜੋ ਕੁਛ ਹੋ ਰਿਹਾ ਹੁਕਮੇ ਸਭ ਬਾਹਰ ਕੋਏ ਗੁਰੂ ਜੀ ਕਹਿੰਦੇ ਜਿਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਨਾਨਕ ਹੁਕਮੇ ਜੇ ਪੁੱਜੇ ਤਾਂ ਹੋਮੇ ਕਹਿੰਦਾ ਉਹ ਹੋਮੇ ਉਹਦੀ ਮੈਂ ਖਤਮ ਹੋ ਜਾਏ ਹਮੇ ਭਾਵ ਖਤਮ ਹੋ ਜਾਏ ਅਗਿਆਨ ਦਾ ਨਾਸ਼ ਹੋ ਜਾਏ ਜੇ ਹੁਕਮ ਸਮਝ ਆ ਜਾਏ ਹਾਂ ਜਿਹੜੇ ਸਮਝ ਗਿਆਨ ਹੁੰਦੇ ਹਨ ਗੁਰੂ ਜੀ ਕਹਿੰਦੇ ਜੋ ਕਿ ਫਿਕਰ ਹੈ ਸੋਈ ਪ੍ਰਮਾਨ ਹੈ ਰਾਮ ਨਾਮ ਰੰਗ ਰਾਸੇ ਉਹ ਨਾਮ ਦੇ ਵਿੱਚ ਰੰਗੇ ਨਾਮ ਵਿੱਚ ਰੰਗੇ ਉਹੀ ਹਨ ਜਿਹੜੇ ਕਹਿੰਦੇ ਹਨ ਵਾਹਿਗੁਰੂ ਦੇ ਹੁਕਮ ਦੀ ਖੇਡ ਵਰਤ ਰਹੀ ਹੈ ਹੁਕਮ ਵਿੱਚ ਹੀ ਚੱਲ ਰਿਹਾ ਜੋ ਕਿ ਚੱਲ ਰਿਹਾ ਜੋ ਕੁਛ ਹੋ ਰਿਹਾ ਉਹਦੇ ਕੀਤਾ ਕਰਾਈ ਹੋ ਰਿਹਾ ਹੈ ਦੂਜਾ ਅਰਥ ਜੋ ਕੁਛ ਕਰੇ ਸੋਈ ਪ੍ਰਮਾਨ ਹੈ ਦੂਜਾ ਅਰਥ ਇਹ ਸ਼ਬਦਾਂ ਇਹ ਹੈ ਜੋ ਵੀ ਕੁਛ ਸੰਤ ਜਾਂਦੇ ਜਿਹਨਾਂ ਨੂੰ ਹੁਕਮ ਦੀ ਖੇਡ ਸਮਝ ਲੱਗ ਗਈ ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ ਫਿਰ ਵਾਹਿਗੁਰੂ ਸ਼ਾਸਨ ਉਹਨਾਂ ਦਾ ਬਚਨ ਮੰਨਦਾ ਹੈ ਜੋ ਕੁਛ ਕਰੇ ਸੋਈ ਪ੍ਰਮਾਨ ਵਾਹਿਗੁਰੂ ਮੰਨਦਾ ਹੈ ਔਰ ਦੇਵੀ ਦੇਵਤੇ ਪੌਣ ਪਾਣੀ ਪੈਦਾ ਤੋਂ ਸਾਰਾ ਕੁਛ ਉਹਦੇ ਅਧੀਨ ਹੋ ਜਾਏ ਜਦੋਂ ਵਾਹਿਗੁਰੂ ਹੀ ਮੰਨਦਾ ਪਿੱਛੇ ਕੀ ਰਹੇਗਾ ਕਾਇਨਾਤ ਨਦੀਆਂ ਨਾਲੇ ਸਾਰਾ ਕੁਛ ਭੈ ਵਿੱਚ ਪਵਨ ਰਹੇ ਸੁਣੋ ਭੈ ਵਿੱਚ ਚੱਲੇ ਲੱਖ ਜੀ ਆਓ ਭੈ ਵਿੱਚ ਅਗਨ ਕਢੇ ਬੇਕਾਰ ਭੈ ਵਿੱਚ ਧਰਤੀ ਤਪੀਪਾ ਪੈਰ ਚੇਂਜ ਹੈ ਸਰਪਾਰ ਪੈਰ ਚਲਾ ਜਾ ਧਰਮ ਦੁਆਰ
ਪੈ ਵਿੱਚ ਸੂਰਜ, ਪੈ ਵਿੱਚ ਚੰਦ, ਤ੍ਰਿਵੇਣੀ ਦਾ ਪੈ ਵਿੱਚ ਸਿੱਧ ਬੁੱਧ ਸੁਨਣਾ, ਪੈ ਵਿੱਚ ਆਟਾਣੀ ਆਟਾ, ਪੈ ਵਿੱਚ ਯੁੱਧ ਮਹਾਂਪੁਰਸ, ਪੈ ਵਿੱਚ ਆਵੇ ਜਾਵੇ, ਇਹ ਸਾਰਾ ਕੁਝ ਪੈ ਵਿੱਚ ਹੈ ਵਾਹਿਗੁਰੂ। ਹੁਣ ਫਿਰ ਜਿਹਨਾਂ ਦਾ ਵਾਹਿਗੁਰੂ ਬਚਨ ਮੰਨਦਾ ਹੈ, ਆ ਜਿਹੜੀਆਂ ਪਾਰਕਾਂ ਗਿਰੀਆਂ, ਇਹਨਾਂ ਦੀ ਕੀ ਹਸਤੀ ਹੈ? ਨਾਮ ਮਹਾਰਾਜ ਰਾਣੀ ਸਾਹਿਬ ਵਾਲੇ ਨਾਲ ਪ੍ਰੇਮੀ ਹਨ। ਜਦੋਂ ਇੱਧਰ ਰਾਮੂ ਤੋਂ ਜਾਈਦਾ ਨਵੇਂ ਸ਼ਹਿਰ ਸਾਹਿਬ, ਰਾਤ ਸਤਲੁਜ ਅੰਮ੍ਰਿਤ ਰਿਹਾ, ਜਾਂਦੇ ਜਾਂਦੇ ਕਾਰ ਰੋਕਲੀ ਮਹਾਰਾਜ ਨੇ ਗੱਲ ਕਰੀ ਹੈ ਵੀ ਹੁਕਮ ਦੇ ਵਿੱਚ ਹੈ ਉਹਨਾਂ ਦੇ ਵਾਹਿਗੁਰੂ ਪਰਮੇਸ਼ਰ ਵੀ ਉਹਨਾਂ ਦੀ ਗੱਲ ਮੰਨਦਾ ਹੈ, ਹੋਰ ਹਸਤੀਆਂ ਦਾ ਕਹਿ ਰਹੀ ਕਾਰ ਰੋਕਲੀ ਨਾਲ ਕੁਛ ਸੇਵਾਦਾਰ ਔਰ ਸਤਲੁਜ ਦਰਿਆ ਦੇ ਕੰਢੇ ਕਿਨਾਰੇ ਤੁਰਨਾ ਸ਼ੁਰੂ ਕਰ ਦਿੱਤਾ। ਭਜਨ ਕਰ ਰਹੇ ਹਨ ਕਿ ਬੜੀ ਲੰਬੜੀ ਥਾਂ ਹੈ, ਬੜੀ ਸੁੰਦਰ ਥਾਂ ਹੈ, ਬੜਾ ਇਕਾਂਤ ਹੈ। ਇਹਦੇ ਸਤਪੁਰਸ਼ ਇਕਾਂਤ ਸਾਸ ਨੂੰ ਜ਼ਿਆਦਾ ਪਸੰਦ ਕਰਿਆ ਕਰਦੇ। ਇਹ ਭਜਨ ਕਰਦੇ ਚਲੇ ਗਏ ਕੁਛ ਉਹ ਇਲਾਕੇ ਦੇ ਨਗਰਾਂ ਦੇ ਨਾਲ ਪਾਸ ਪਿੰਡਾਂ ਦੇ, ਉਹ ਵੀ ਨਾਲ ਤੁਰ ਪਏ। ਸੰਤ ਮਹਾਰਾਜ ਭਜਨ ਕਰਦੇ ਚਲੇ ਗਏ, ਬੜੀ ਕਾਂਥਾ ਹੈ, ਬੜੀ ਰਮਣੀਕ ਥਾਂ ਹੈ, ਕੁਛ ਭਜਨ ਹੋਏ। ਔਰ ਕੁਛ ਨਾਲ ਦੇ ਪਿੰਡਾਂ ਦੇ ਜਿਹੜੇ ਕਿਸਾਨ ਸਨ, ਪ੍ਰੇਮੀ ਸਨ, ਔਰ ਕੁਛ ਭਾਵਕ ਹੋ ਗਏ, ਉੱਥੇ ਮਹਾਰਾਜ ਵੀ ਜਾ ਕੇ ਸੰਤ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬੇਨਤੀ ਕਰਨਗੇ, ਮਹਾਰਾਜ ਠੀਕ ਹੈ, ਆਪ ਕਹਿ ਰਹੇ ਹੋ ਬੜੀ ਰਮਣੀਕ ਥਾਂ ਹੈ, ਪਰ ਇਹ ਸਤਲੁਜ ਦਰਿਆ ਜਦੋਂ ਚੜ੍ਹਦਾ ਹੈ ਬੜਾ ਨੁਕਸਾਨ ਕਰਦਾ ਹੈ, ਨਗਰਾਂ ਦੇ ਨਗਰ ਬਹਾਰ ਲੈ ਜਾਂਦਾ ਹੈ, ਬੜਾ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ ਇਲਾਕੇ ਦੇ ਲੋਕਾਂ ਨੂੰ। ਜਦੋਂ ਇਹ ਗੱਲ ਸੁਣੀ ਸਤਪੁਰਸ਼ ਉਹਨਾਂ ਨੇ ਜਿੰਨੇ ਇੱਧਰ ਦਿਆ ਹੈ ਧਰਮ ਦਿਆ ਕਰ, ਔਰ ਜਿਹੜੇ ਹਿੱਸੇ ਅੰਦਰ ਦਿਆ ਹੈ ਧਰਮ ਉੱਥੇ ਹੀ ਹੋ ਸਕਦਾ ਹੈ, ਜੇ ਦਿਆ ਨਹੀਂ ਉੱਥੇ ਧਰਮ ਦਾ ਨਾਮ ਨਿਸ਼ਾਨ ਨਹੀਂ। ਸੋ ਉਸੇ ਸਮੇਂ ਤੋਂ ਵੀ ਬਹੁਤ ਹੋਏ ਕਹਿਣਗੇ ਅੱਛਾ ਇਹ ਗੱਲ ਹੈ, ਸਤਲੁਜ ਨੁਕਸਾਨ ਕਰਦਾ ਹੈ, ਸੰਤ ਮਹਾਰਾਜ ਬੜੇ ਵਜੇ ਦੇ ਵਿੱਚ ਆ ਗਏ, ਉਦੋਂ ਚਿਹਰੇ ਦੀ ਰੰਗਣ ਬਦਲ ਗਈ। ਉਸੇ ਸਮੇਂ ਅੱਖ ਵਿੱਚ ਕੁੰਡੀ ਪੜੀ ਸੀ, ਸਤਲੁਜ ਦੇ ਕੰਢੇ 'ਤੇ ਲਾ ਕੇ ਸੰਤ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਔਰ ਕੀ ਗੰਦੀ ਵਹਿਣ ਨਾ ਢਾਏ ਤੋ ਪੀ ਲਿਖਾ ਦੇ, ਜਿੱਧਰ ਲੱਭ ਰਜਾਏ ਵਹਿਣ ਕਦਾ ਹੁੰਦਾ। ਕਹਿਣਗੇ ਹੈ ਸਤਲੁਜ ਇਹਨੂੰ ਲੇਖਾ ਦੇਣਾ ਪਏਗਾ, ਗਰੀਬ ਮਾਰ ਕਰਦਾ ਹੈ ਤੈਨੂੰ ਲੇਖਾ ਦੇਣਾ ਪੈਣਾ ਹੈ, ਜਿਸ ਮੰਨਦਾ ਹੈ ਅੱਜ ਤੋਂ ਚੜ੍ਹ ਕੇ ਲਾਉਗੀ। ਉਹ ਸਮਾਂ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਲਾਕਿਆਂ 'ਚ ਸਤਲੁਜ ਨੇ ਸਾਸ ਮਾਰ ਨਹੀਂ ਕੀਤੀ, ਚੜ੍ਹ ਕੇ ਨਹੀਂ ਲਾਉਂਦੀ, ਜੋ ਕਿ ਫਿਕਰ ਹੈ ਸੋਈ ਬ੍ਰਹਮਣ ਹੈ, ਵਾਹਿਗੁਰੂ ਪਰਮੇਸ਼ਰ ਵੀ ਮੰਨਦਾ ਵੀ ਰਾਮ ਨਾਮ ਰੰਗ ਰਾਤੇ ਜਿਨਕੀ ਸੁਭਾ ਸੁਭਨੀ ਥਾਈ ਜਿਨ ਪ੍ਰਭ ਕੇ ਜਨਮ ਪਰਾਤੇ। ਫਿਰ ਪੰਜਮ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਸਤਪੁਰਸ਼
ਜਿਹਨਾਂ ਨੇ ਕਿਸੇ ਵਿੱਚ ਨਾਮ ਹੈ, ਜਿਹੜੇ ਨਾਮ ਵਿੱਚ ਰੰਗੇ ਹੋਏ ਹਨ, ਉਹਨਾਂ ਦੀ ਸੁਭਾ ਸਾਰੇ ਸੰਸਾਰ ਵਿੱਚ, ਦੀਨ ਦੁਨੀਆ ਸਾਰੇ ਪਾਸੇ ਉਹਨਾਂ ਦੀ ਸੁਭਾ ਕਿ ਸੁਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰ ਆਤੇ ਹਨ। ਸਮਰਾਟ ਨੂੰ ਕਿਉਂ ਨਹੀਂ ਜਾਣਦਾ ਸੀ? ਗੱਲ ਕਹੀ
ਸਾਰੇ ਚੁੱਪ ਕਰਕੇ ਗੁਰੂ ਜੀ ਨੂੰ ਪੁੱਛਿਆ, ਮਹਾਰਾਜ ਅਸੀਂ ਠਹਿਰੇ ਅਨੁਭਵ ਜੀ, ਆਪ ਸਰਬੱਜ ਹੋ, ਆਪ ਦਾ ਪੂਰਾ ਆਸ਼ਾ ਸਾਡੇ ਅਨੁਭਵ ਜੀਵਨ ਦੇ ਸਮਝ ਵਿੱਚ ਨਹੀਂ ਆ ਸਕਦਾ, ਆਪ ਜੀ ਮਿਹਰ ਕਰੋ, ਦੱਸੋ ਕੀ ਸਮਝਾਉਣਾ ਚਾਹੁੰਦੇ ਹੋ। ਉਸ ਸਮੇਂ ਗੁਰੂ ਜੀ ਨੇ ਕਿਹਾ, ਪ੍ਰੇਮੀਓ ਮੈਂ ਇਹ ਗੱਲ ਤੁਹਾਨੂੰ ਸਮਝਾ ਰਿਹਾ ਕਿ ਵਾਹਿਗੁਰੂ ਦਾ ਨਾਮ ਸਰਵੋਤਮ ਹੈ, ਔਰ ਵਾਹਿਗੁਰੂ ਦਾ ਨਾਮ ਜਪਣ ਵਾਲੇ ਸੰਤ ਜਨ, ਭਗਤ ਜਨ, ਗੁਰਮੁਖ ਪਿਆਰੇ, ਉਹਨਾਂ ਦੇ ਕੋਲ ਸੰਸਾਰ ਵਿੱਚ ਕੋਈ ਹੋਰ ਹੈ ਨਹੀਂ। ਕਦੇ ਗੁਰੂ ਪੰਚਮ ਪਾਤਸ਼ਾਹ ਦਾ ਇਹ ਸ਼ਬਦ ਹੈ, ਮੇਰੇ ਰਾਮ ਹਰ ਸੰਤਾਂ ਨੇ ਵਰਣਨ ਕੋਈ, ਮੇਰੇ ਰਾਮ ਹਰ ਸੰਤਾਂ ਨੇ ਵਰਣਨ ਕੋਈ। ਸੰਤਾਂ ਦੇ ਬਸ ਪੈਣ ਦੀ ਆ ਜਾਂਦੇ ਹਨ,
ਤਾਂ ਸ਼ਰਮ ਪਿਆਰ ਪੂਰੀ ਕਿਹਾ ਜਾ ਸਕਦਾ ਹੈ। ਸ਼ਰਮ ਪਿਆਰ ਤਾਂ ਪੂਰੀ ਹੈ ਜਿਹਨੇ ਆਪਣਾ ਆਪਾ ਖਤਮ ਕਰ ਦਿੱਤਾ, ਆਪਣਾ ਆਪਾ ਸੁੰਦਰ ਕਰ ਦਿੱਤਾ। ਮੁਰਦਾ ਹੋਈ ਮਰੀ ਨਾ ਗੱਲੀ ਗੱਲਾਂ ਬਾਤਾਂ ਨਾਲ ਜੇ ਕੋਈ ਸੰਤਾਂ ਦੀ ਸ਼ਰਮ ਆ ਜਾਏ, ਕਰੋੜਾਂ ਉਹਨੇ ਅਪਰਾਧ ਕੀਤੇ ਨੂੰ ਉਹਦਾ ਭਲਾ ਕਰ ਦਿੰਦੇ ਨਾਮ ਉੱਪਰ। ਦੂਜਾ ਅਰਥ ਕੋਟ ਅਪਰਾਧੀ ਕਰੋੜਾਂ ਹੀ ਅਪਰਾਧੀ ਸੰਤਾਂ ਦੀ ਸ਼ਰਮ ਵਿੱਚ ਆ ਜਾਣ, ਸਾਧ ਸੰਗ ਉਹਦਾ ਭਲਾ ਕਰ ਦਿੰਦੇ। ਭਲਾ ਕਿਵੇਂ ਕਰਦੇ? ਨਾਮ ਉੱਪਰ। ਜਿਵੇਂ ਬਾਲ ਬੀਟ ਨੂੰ ਕਿਹਾ ਸੀ ਨਾ ਸੰਤਾਂ ਨੇ, ਉਹ ਚੋਰੀਆਂ ਕਰ ਲੱਗੇ ਲੱਗੇ ਪਿੱਛੇ ਕਤਲ ਕਰ ਦਿਆ ਕਰਦਾ ਸਾਧ ਸੰਗ, ਸੰਤਾਂ ਨੂੰ ਰੋਕ ਲਿਆ ਕਿ ਨਹੀਂ? ਕਹਿਣਗੇ ਜੋ ਕੁਛ ਤੁਹਾਡੇ ਪਾਸ ਹੈ ਰੱਖ ਲਓ ਇੱਥੇ। ਸੰਤ ਕਹਿਣਗੇ ਪ੍ਰੇਮੀਆਂ ਸਾਡੇ ਪਾਸ ਕੀ ਹੋਣਾ, ਜੋ ਸਾਡੇ ਪਾਸ ਹੈ ਤੂੰ ਲੈ ਨਹੀਂ ਸਕਦਾ, ਜਿਹੜਾ ਧਨ ਸਾਡੇ ਪਾਸ ਹੈ ਤੂੰ ਲੁੱਟੇ ਨਹੀਂ ਸਕਦਾ। ਉਹ ਧਨ ਕਿਹੜਾ ਸਾਸ ਹੁੰਦਾ? ਗੁਰੂ ਦੇ ਨਾਮ ਦਾ ਧਨ। ਨਾ ਉਹ ਮਰੇ ਨਾ ਥਾਕੇ ਚਾਹੇ ਜਿਨ ਕੈ ਰਾਮ ਸਹਿ ਮਨਵਾ। ਜਿਹਦੇ ਹਿਰਦੇ ਅੰਦਰ ਨਾਮ ਦਾ ਧਨ ਹੈ ਉਹਨੂੰ ਕੋਈ ਟੁਰਾ ਹੀ ਨਹੀਂ ਸਕਦਾ, ਕੋਈ ਥੱਕ ਨਹੀਂ ਸਕਦਾ। ਸਾਸ ਕਹਿਣਗੇ ਤੂੰ ਉਹ ਧਨ ਲੈ ਹੀ ਨਹੀਂ ਸਕਦਾ, ਉਹਨੂੰ ਕੋਈ ਟੁਰਾ ਨਹੀਂ ਸਕਦਾ। ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਸਨ ਪਾਪ ਬੁਰਾ ਪਾਪੀ ਕੁੱਟਿਆ। ਪਾਪੀ ਕੁਛ ਨੂੰ ਪਾਪ ਪਿਆਰਾ ਲੱਗਿਆ ਕਰਦਾ, ਨਾ ਸਮਝਿਆ। ਸੰਤਾਂ ਨੇ ਫਿਰ ਸਮਝਾਇਆ ਪ੍ਰੇਮੀਆਂ ਅੱਜ ਇਹਨਾਂ ਪਿੱਛੇ ਤੂੰ ਚੋਰੀਆਂ ਕਰਦਾ ਹੈ, ਜਿਹਨਾਂ ਪਾਸੇ ਠੱਗੀਆਂ ਮਾਰਦਾ ਹੈ, ਵਰਤੇ ਕੀ ਕਿਸੇ ਨੇ ਤੇਰੇ ਸਹਾਈ ਨਹੀਂ ਹੋਣਾ ਹੈ। ਉਹ ਕਹਿਣ ਲੱਗਿਆ ਜੀ ਗਿਆਨ ਜੀ ਗੱਲਾਂ ਨੂੰ ਮੈਂ ਨਹੀਂ ਜਾਣਦਾ। ਫਿਰ ਕਹਿਣ ਲੱਗੀ ਕਿ ਧਰਮ ਰਾਜਾ ਸੁਣੇ ਚਲੇ ਜਮਾਂ ਬਾਰੇ ਸੁਣਿਆ, ਤੈਨੂੰ ਕੋਈ ਫਿਲਮ ਹੈ ਵੀ ਤੇਰਾ ਲੇਖਾ ਜੋਖਾ ਨਹੀਂ ਹੋਣਾ ਹੈ। ਉਹ ਕਹਿਣ ਲੱਗਿਆ ਇਹ ਗਿਆਨ ਹੈ ਜੀ ਗੱਲਾਂ ਆਪਣੇ ਪਾਸ ਰੱਖੋ, ਜੋ ਕੁਛ ਤੁਹਾਡੇ ਪਾਸ ਹੈ ਇੱਥੇ ਰੱਖ ਲਓ। ਸੰਤਾਂ ਨੇ ਫਿਰ ਸਮਝਾਇਆ ਪ੍ਰੇਮੀਆਂ ਲੇਖਾ ਦੇਣਾ ਪੈਣਾ, ਜਿਹਨਾਂ ਬਾਪ ਦੇ ਪਾਪ ਕਰਦਾ ਦਿਨ ਰਾਤ ਉਹਨਾਂ ਨੇ ਤੇਰੇ ਨਾਂ ਨਹੀਂ ਕਹਿਣਾ। ਅਨਕਾਰੇ ਰਾਤ ਰਿਹਾ ਬਾਪ ਨਹੀਂ ਰਾਮ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਨਹੀਂ, ਕਿਸੇ ਨੇ ਬੇਲੀ ਨਹੀਂ ਹੋਣਾ ਪਾਪ ਕਰਦੇ ਜਿਹਨਾਂ ਬਾਪ। ਜਾ ਜਿਹੜਾ ਪੁੱਛ ਗਿਆ ਤੇਰੇ ਬੱਚੇ ਖੀਰ ਮਦਦਗਾਰ ਹੋਣਗੇ। ਅੱਛਾ ਪੁੱਛ ਕੇ ਜਾਂਦਾ ਚਲੇ ਗਿਆ ਆਪਣੀ ਮਾਤਾ ਨੂੰ ਕਹਿੰਦੇ ਮਾਤਾ ਮੈਂ ਤੁਹਾਡੇ ਬਾਅਦ ਜਿਹਨੇ ਲਾਭ ਪਾਪ ਕਰਮ ਕਰਦਾ ਤੁਹਾਨੂੰ ਪਾਲਣ ਪੋਸ਼ਣ ਬਾਅਦ ਠੱਗੀਆਂ ਮਾਰਦਾ ਚੋਰੀਆਂ ਕਰਦਾ ਲੱਗੇ ਲੱਗੇ ਪਿੱਛੇ ਕਤਲ ਕਰ ਦਿੰਦਾ। ਅੱਛਾ ਇਹ ਦੱਸ ਪਹਿਲਾਂ ਜਦੋਂ ਮੇਰਾ ਲੇਖਾ ਜੋਖਾ ਹੋਇਆ ਮੇਰੀ ਮਦਦਗਾਰ ਹੋਈਗੇ ਕਿ ਨਾ? ਸਮਝਦਾ ਗਿਆ ਵੀ ਸੰਤ ਸੱਚ ਕਹਿੰਦੇ ਸਨ। ਆਪਣੀ ਘਰ ਵਾਲੇ ਕੋਲ ਗਿਆ, ਉਹਨਾਂ ਨੇ ਇਹ ਸਵਾਲ ਕੀਤਾ, ਕਹਿੰਦੀ ਹੈ ਪਤੀ ਦੇ ਮੈਂ ਤਾਂ ਤੈਨੂੰ ਪਹਿਲਾਂ ਤੂੰ ਰੋਕ ਦੀਆਂ ਮਾੜੇ ਕਰਮ ਨਾ ਕਰਿਆ ਕਰ, ਸ਼ੁਭ ਕਰਮ ਕਰ, ਸ਼ੁਭ ਕਿਰਤ ਕਰ।
ਜਦੋਂ ਸਾਰੇ ਪਾਸੇ ਕੋਈ ਜਵਾਬ ਮਿਲ ਗਿਆ ਫਿਰ ਉਹ ਸੰਤਾਂ ਦੇ ਬਚਨ ਕੀਤੀਆਂ ਹੋਣਗੇ, ਉਹ ਮਨਾ ਸੰਤਾਂ ਨੇ ਤੈਨੂੰ ਕਿਹਾ ਸੀ ਤੇਰਾ ਰੇਖਾ ਚੁੱਕਣਾ ਹੋਣਾ ਹੈ, ਤੇਰਾ ਅੱਗੇ ਜਮਾਂ ਨਾਲ ਵਾਹ ਪੈਣਾ ਹੈ। ਔਰ ਜਮਾਂ ਦੀ ਮਾਂ ਕੈਸੀ, ਗੁਰਬਾਣੀ ਪੜ੍ਹੋ ਸਾਸ ਨੂੰ ਪਤਾ ਲੱਗਦਾ ਹੈ, ਕਬੀਰ ਜਮ ਕਾ ਚਿੰਗਾ ਪੁਰਾ ਹੈ ਉਹ ਨਹੀਂ ਸਿਹਾ ਜਾਏ। ਕਈ ਅੱਜ ਦੇ ਵਿਦਵਾਨ ਪੜ੍ਹੇ ਲਿਖੇ ਸੱਜਣ ਕਹਿੰਦੇ ਕੀਮ ਦਾ ਜੀ ਧਰਮ ਰਾਜਾ ਕੀਮ ਦੇ ਹਨ ਜਮ ਕੀ ਹੈ ਨਰਕ ਕੀ ਹੈ ਸਵਰਗ, ਗੁਰਬਾਣੀ ਤਾਂ ਕਹਿੰਦੇ ਕਬਰ ਨਰਕ ਹੈ ਸੁਰਗ ਵਿਚਾਰ, ਇਹ ਜਿਹਾ ਤੂੰ ਪੜ੍ਹ ਕੇ ਸੁਣਾ ਦੇ। ਪਰ ਇਸ ਆਸਮ ਗੁਰਬਾਣੀ ਜਿਹੜੀ ਹੈ ਅਵਸਥਾ ਤੇ ਲੁਕਿਆ ਕਰਦੀ ਕਬਰ ਨਰਕ ਹੈ ਸੁਰਗ ਵਿਚਾਰ, ਸੰਤਨ ਗੁਰੂ ਰਾਦੇ, ਇਹ ਸੰਤਾਂ ਨੇ ਰੱਦ ਕੀਤੇ ਨੇ, ਸੰਤ ਹੀ ਇਹਨਾਂ ਦੀ ਪਰਵਾਹ ਕਰਦੇ, ਸੰਤਾਂ ਨੂੰ ਨਾ ਨਰਕਾਂ ਦਾ ਡਰ ਨਾ ਸਾਸਮ ਸਵਰਗਾਂ ਦਾ ਡਰ, ਉਹਨੂੰ ਤਾਂ ਇਹਨਾਂ ਗੱਲਾਂ ਦਾ ਹੁੰਦਾ ਹੀ ਨਹੀਂ। ਤਰਕੇ ਦੁਨੀਆਂ, ਤਰਕੇ ਰੁਕਵਾ, ਤਰਕੇ ਮੌਲਾ, ਤਰਕੇ ਤਰਕੇ ਇਹ ਅਵਸਥਾ ਹੁੰਦੀ ਹੈ। ਪਰ ਮਨੁੱਖਾਂ ਵਾਸਤੇ ਸਾਸਨ ਨਰਕ ਹਨ, ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ, ਇਹ ਕਿਹਨਾਂ ਵਾਸਤੇ ਸਾਸਨ ਕਿੱਥੇ ਆਇਆ ਕਰਦੇ, ਇੱਥੇ ਜਿਉਂਦੇ ਵੀ ਨਰਕ ਭੋਗਦੇ ਹੀ ਹਨ, ਵਰਤੇ ਅਖੀਰ ਵੀ ਨਰਕਾਂ ਧੱਕੇ ਖਾਣੇ ਪੈਂਦੇ। ਹਾਂ ਗੁਰੂ ਜੀ ਕਹਿੰਦੇ ਹਨ ਭਾਈ ਜਮਾਂ ਦੀ ਮਾਰ ਚੱਲੀ ਜਾਣੀ ਮਾਜਮਾਨੀ ਪੂਰੀ ਮਾਰ ਕਿਸੇ ਦੇ ਹਜ਼ਾਰ ਫਰਕ ਤਲਵਾਰ ਦਾ ਇੱਕ
ਹਰ ਬਿਮਾਰੇ ਇਤਨਾ ਦਰਦ ਹੋਣਾ ਹੈ, ਕਿਤਨੀ ਪੀੜਾ ਹੋਣੀ ਹੈ। ਹਜ਼ਾਰ ਜਨਮ ਵਿੱਚੋਂ ਇੱਕ ਥਾਂ ਤੇ ਮਰਦਾ ਹੈ, ਇਤਨੀ ਪੀੜਾ ਜਮਾਂ ਦੀ ਇੱਕ ਠੇਂਗੇ ਦੀ ਹੈ, ਇੱਕ ਹੰਤਰ ਦੀ ਹੈ, ਇਹ ਚਲੀ ਨਹੀਂ ਜਾਂਦੀ। ਸੋ ਇਹ ਸਾਰੇ ਹੀ ਵਚਨ ਪਾਰਮਿਕ ਨੂੰ ਯਾਦ ਆਏ ਤੋ ਮਨਾ ਸੰਤ ਤੈਨੂੰ ਸਮਝਾਉਂਦੇ ਸੀ, ਪਰ ਤੂੰ ਸਮਝਿਆ ਨਹੀਂ, ਜਾ ਕੇ ਜਾਨਾ ਤੇ ਡਿੱਗ ਪਿਆ। ਮਹਾਰਾਜ ਮੈਨੂੰ ਬਖਸ਼, ਬੜੀਆਂ ਭੁੱਲਾਂ ਕੀਤੀਆਂ, ਬੜੀਆਂ ਗਲਤੀਆਂ ਕੀਤੀਆਂ, ਕੋਈ ਇਨਸਾਫ ਇਹ ਨਹੀਂ ਹੈ। ਮੈਂ ਉਸ ਸਮੇਂ ਸੁਣਦਾ ਨਹੀਂ ਕਿ ਪ੍ਰੇਮੀਆਂ ਕੀ ਕਰ, ਵਾਹਿਗੁਰੂ ਦਾ ਭਜਨ ਕਰਨਾ ਸ਼ੁਰੂ ਕਰ, ਮਰਨ ਜਪਿਆ ਕਰ। ਆਰਾਮ ਨਹੀਂ ਕਿਹਾ, ਮਰਨ ਮਰਨ ਦਾ ਜਪ ਕਰਿਆ ਕਰ। ਉਹ ਮਰਨ 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 ਕਰਦਾ ਗਿਆ ਸਾਹਸ ਨੂੰ, ਹੌਲੀ ਹੌਲੀ ਆਰਾਮ ਦੇ ਵਿੱਚ, ਕਿਉਂਕਿ ਅੰਦਰ ਮਹਿਰ ਭਰੀ ਸੀ ਨਾ ਸੰਤਾ ਭਾਜਪ ਕੀ ਹੁੰਦੀ ਹੈ। ਜੇ ਵਿਚਾਰ ਕਰੀਏ ਬੜਾ ਵਕਤ ਲੱਗਣਾ, ਸਾਧਨ ਸਾਖੀ ਸਭਨਾ ਨੂੰ ਪਤਾ ਹੀ ਹੈ, ਇੱਕ ਸਮਝਾਉਣ ਵਾਸਤੇ ਕੋਟ ਪ੍ਰਤੀ ਗੰਗਾ ਵਰਗੇ ਦੇਖੋ, ਗੰਗਾ ਪਾਪਨ ਹੋਏ ਕਿਆ ਪਾਪਾ ਦਾ ਗਰਹਾਰ ਅਚਾਨ ਤੱਕ ਮਹਾਂਪੁਰਖ ਗੰਗਾ ਵਾਲੇ ਆਏ, ਉਹਦਾ ਵੀ ਗੁਰਧਾਰ ਕੀਤਾ। ਕੋਟ ਪ੍ਰਤੀ ਸਤਸੰਗ ਉਤਰੇ, ਜਨਤਾ ਕੀ ਨੀਡ ਨਾ ਆਵੇ, ਜਨ ਜਨ ਦਾ ਵਿਛੜਿਆ ਹੋਵੇ, ਤੇਰਾ ਸਰੂਪ ਕੀ ਹੈ, ਤੇਰਾ ਵਾਸਤਵਿਕ ਵਿੱਚ ਸਰੂਪ ਕਿਹੜਾ ਹੈ। ਤੂੰ ਅਗਿਆਨਤਾ ਬਸ ਵਾਹਿਗੁਰੂ ਪਰਮੇਸ਼ਵਰ ਨੂੰ ਭੁੱਲੀ ਬੈਠਾ ਹੈ, ਆਪਣੇ ਸਰੂਪ ਨੂੰ ਭੁੱਲੀ ਬੈਠਾ ਹੈ, ਜਨਮ ਜਨਮ ਦਾ ਵਿਛੜਿਆ ਹੋਵੇ, ਦਿਨ ਹਰ ਸਿਉਂ ਖਾਣ ਨੂੰ ਲਾਵੇ, ਫਿਰ ਮਾਇਆ ਨੂੰ ਭਰਮ ਪੈ ਕਰ। ਸੰਸਰਮ ਜੋ ਆਵੇ, ਜਿਹਾ ਮਨੁੱਖ ਕਰ ਆਰਧ ਹੈ, ਸੋ ਸੰਤਨ ਤੇ ਪਾਵੇ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਸੰਤ ਉਹ ਦਿਆਲੂ ਦਿਨ ਮਾਇਆ ਨੂੰ ਭਰਮ ਪੈ ਕਰ, ਮਾਇਆ ਦਾ ਜੇ ਲੱਗਦਾ ਕਰਕੇ ਅਰਥ ਕਰੀਏ, ਇਤਨਾ ਸਮਾਂ ਨਹੀਂ ਕਿਉਂਕਿ 5 ਮਿੰਟ ਦਾ ਸਮਾਂ ਆਪਣੇ ਪਾਸ ਹੈ, ਆਪਾਂ ਸਮਾਪਤੀ ਵੱਲ ਵਧੀਏ। ਮਾਇਆ ਦਾ ਬੋਧ ਸਾਡੇ ਅੰਦਰ ਜੋ ਹੈ, ਫਿਰ ਭਰਮ 5 ਕਿਸਮ ਦਾ ਭਰਮ ਕਥਨ ਕੀਤਾ ਇਹਨਾਂ ਨੇ ਪੁਰਸ਼ਾਂ ਨੇ, ਭੈ ਇਹ ਕਿਸਮ ਦਾ ਭੈ, ਨਰਕਾਂ ਦਾ ਭੈ, ਜਮਾਂ ਦਾ ਭੈ, ਦਰਾਸੀ ਦਾ ਭੈ, ਇਹ ਸਾਰੇ ਹੀ ਭੈ ਭਰਮ ਮਾਇਆ ਦੇ ਬੋਧ ਸਾਰ ਸੰਕਟ ਹੋ ਜਾਂਦੇ ਹਨ। ਕਦੋਂ ਸੰਸਰਗ ਜਵਾਬ ਹੈ, ਫਿਰ ਜਿਹਾ ਮਨੋਰਥਕਾਰ ਆਰਧ ਹੈ, ਸੋ ਸੰਤਾਂ ਦੇ ਪਾਵਾ। ਜਿਵੇਂ ਜਿਵੇਂ ਕੋਈ ਮਨੋਰਥ ਕਰਕੇ ਆਉਂਦਾ ਹੈ ਸੰਤਾਂ ਦੇ ਪਾਸ, ਉਹਨੂੰ ਉਹੀ ਜਿਹੀ ਫਲ ਅਵਲ ਮਿਲਦਾ ਹੈ। ਸੰਤ ਮਹਾਰਾਜ ਜੀ ਲਾੜੇ ਪਾਸ, ਲਾੜੇ ਸਾਹਿਬ ਵਾਲੇ ਦੇ ਪਾਸ ਕੋਈ ਦੁਨਿਆਵੀ ਮੰਗ ਲੈ ਕੇ ਆਇਆ, ਉਹ ਵੀ ਸਹਿਜੇ ਪੂਰੀ। ਕਿਸੇ ਨੇ ਜੇ ਪੁੱਤਰ ਮੰਗਿਆ, ਪੁੱਤਰ ਦੇ ਦਿੱਤਾ। ਕਿਸੇ ਨੇ ਕੁਛ ਮੰਗਿਆ, ਉਹੀ ਵਸਤੂ ਮਿਲ ਗਈ ਸਾਸ ਨੂੰ। ਕਿਸੇ ਨੇ ਰੂਹਾਨੀ ਦੀ ਤਰੱਕੀ ਚਾਹੀ, ਉਹ ਮਿਲ ਗਈ। ਜਿਹਾ ਮਨੁੱਖ ਕਰ ਉਹਨਾਂ ਨੂੰ ਪਤਾ ਸਾਰਾ ਹੀ ਹੁੰਦਾ ਹੈ, ਭਾਵੇਂ ਕੋਈ ਬੋਲੇ ਵੀ ਨਾ। ਸੰਤ ਮਹਾਰਾਜ ਦੇ ਪਾਸ ਦਿੱਲੀ ਇੱਕ ਮੁੰਡੇ ਤੁਸੀਂ ਬਜ਼ੁਰਗ ਆਪਣੇ ਚਮਕੌਰ ਸਾਹਿਬ ਦੇ ਨੇੜੇ, ਉਹਨੇ ਬੜੀ ਸੰਗਤ ਕੀਤੀ ਸੰਤ ਮਹਾਰਾਜ, ਉਹਨੇ ਭਜਨ ਸੁਣਾਏ ਦਿੱਲੀ, ਸੰਤ ਮਹਾਰਾਜ ਦੀ ਜ਼ਬਾਨ ਚੱਲ ਰਹੇ ਸੀ। ਇੱਕ ਹਿੰਦੂ ਮਤ ਦਾ ਜੈਂਟਲਮੈਨ ਉਹ ਬਜ਼ੁਰਗ ਕਹਿੰਦਾ, ਮੇਰਾ ਮਿੱਤਰ ਸੀ ਕੋਈ, ਉਹ ਮੇਰੇ ਪਾਸ ਆਇਆ,
ਕਹਿੰਦੀਆਂ ਮੈਂ ਤੈਨੂੰ ਕਿਹਾ ਵੀ ਸੰਤ ਮਹਾਰਾਜ ਦੀ ਦੁਕਾਨ ਚੱਲਦੀ ਮੈਂ, ਜੇ ਤੂੰ ਕਹਿ ਤੈਨੂੰ ਲੈ ਚਲੂ। ਉਹ ਕਹਿੰਦੀਆਂ ਵੀ ਮੈਨੂੰ ਜਾਣ ਵਿੱਚ ਕੋਈ ਦਿੱਕਤ ਨਹੀਂ, ਪਰ ਤੁਹਾਡੇ ਸਿੱਖਾਂ ਦੇ ਵਿੱਚ ਇਹ ਗੱਲ ਜੋ ਤੁਸੀਂ ਪੜ੍ਹਦੇ ਹੋ ਮੈਨੂੰ ਅਸੀਂ ਲੱਗੀ। ਕਹਿੰਦੇ ਕੀ? ਕਹਿੰਦੇ ਤੁਸੀਂ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ, ਬਾਕੀ ਰਹੇ ਨਾ ਕੋਈ। ਉਹਨੇ ਬਾਕੀ ਕਿਹਾ, ਵੈਸੇ ਆ ਕੀ ਸ਼ਬਦ ਹੈ ਆ ਕੀ ਰਹਿਣਾ, ਕਿਉਂਕਿ ਉਵੇਂ ਨਾ ਪਤਾ ਨਹੀਂ ਸੀ। ਉਹ ਕਹਿੰਦਾ ਤੁਸੀਂ ਕਹਿੰਦੇ ਬਾਕੀ ਰਹੇ ਨਾ ਕੋਈ ਰਾਜ ਕਰੇਗਾ ਖਾਲਸਾ, ਇਹ ਗੱਲ ਵੀ ਮੈਨੂੰ ਅੱਛੀ ਲੱਗੀ। ਉਹ ਬਜ਼ੁਰਗ ਥੋੜ੍ਹਾ ਸਧਾਰਨ ਸੀ, ਉਹ ਕਹਿੰਦੇ ਵੀ ਮੈਨੂੰ ਤਾਂ ਇੰਨਾ ਗਿਆਨ ਨਹੀਂ, ਇਹਨਾਂ ਗੱਲਾਂ ਦਾ ਪਤਾ ਨਹੀਂ, ਤੂੰ ਜਿਵੇਂ ਕਰ ਸੰਤ ਮਹਾਰਾਜ ਦੇ ਚੱਲਦੇ ਦੀਵਾਨ ਵਾਲੇ ਸਾਹਿਬਾਂ ਨੇ, ਤੇਰੇ ਅੰਦਰ ਜੋ ਭਰਮ ਪੈਦਾ ਹੋ ਗਿਆ ਇਸ ਗੱਲ ਦਾ, ਆਪਾਂ ਉਹਨਾਂ ਪਾਸ ਕਰਨੀ। ਕਹਿਣ ਲੱਗਿਆ ਮੈਂ ਕਹਾਂ ਜਾਂ ਕੀ ਕਰੀ, ਕਹਿੰਦੇ ਤੈਨੂੰ ਕਹਿਣ ਦੀ ਲੋੜ ਨਹੀਂ ਕੁਛ, ਬਸ ਮਨ 'ਚ ਭਾਵਨਾ ਰੱਖੀ। ਮੇਰੀ ਭਾਵਨਾ ਤਾਂ ਇਹ ਹੈ ਵਾਹ ਗੁਰੂ ਨਾਨਕ ਦੇਵ ਹੋਣ, ਜਿਹੋ ਜਿਹਾ ਤੇਰੇ ਮਨ ਵਿੱਚ ਸਵਾਲ ਹੋਏਗਾ ਤੈਨੂੰ ਬਿਨਾਂ ਬੋਲੇ ਹੀ ਜਵਾਬ ਮਿਲ ਜਾਣਾ, ਬਸ ਮਨ 'ਚ ਭਾਵਨਾ ਰੱਖੀ। ਕੋਕਾ-ਕੋਲਾ ਵਾਲੇ ਸਰਦਾਰ, ਉਹਨਾਂ ਦੀ ਗੱਲ ਸੰਤ ਮਹਾਰਾਜ ਦਾ ਠਹਿਰਾ ਸੀ, ਜਰਮੀ ਸੀ, ਹਾਂ ਕੁਰਸੀ ਲੱਗੀ ਹੈ, ਹੋਰ ਸੰਗਤਾਂ ਬੈਠੀਆਂ, ਬਜ਼ੁਰਗਾਂ ਦਾ ਅਸੀਂ ਵੀ ਜਾ ਕੇ ਬੈਠ ਗਏ, ਨਾਲ ਹਿੰਦੂ ਜੈਨ ਮੈਂ ਉਹ ਵੀ ਨਾਲ ਹੀ ਚਲੇ ਗਿਆ। ਕਹਿੰਦੇ ਸਮਾਂ ਹੋਇਆ, ਸੰਤ ਮਹਾਰਾਜ ਜੀ ਆਗੇ ਆਸਣ 'ਤੇ ਬੈਠ ਗਏ, ਤੇਰਾ ਲੱਗਦਾ ਕਰਦਾ ਤੇਰੇ ਵੱਲ ਲੱਗਿਆ ਨਹੀਂ ਜਾਂਦਾ, ਔਰ ਸਾਰਿਆਂ ਦੇ ਵੱਲ ਮਿਹਨਤ ਦੀ ਜਦੋਂ ਕਮਾਈ ਸੰਤ ਮਹਾਰਾਜ ਜੀ। ਫਿਰ ਕਹਿਣਗੇ ਕੋਈ ਕੁਛ ਬੋਲਿਆ ਨਹੀਂ, ਉਹ ਦਿਨਾਂ ਦੇਜਿਆਂ ਨਹੀਂ, ਤੁਹਾਨੂੰ ਸੰਤ ਮਹਾਰਾਜ ਜੀ ਵਾਲੇ ਸਾਹਿਬ ਵਾਲਿਆਂ ਨੇ ਆਉਂਦਿਆਂ ਨੇ ਬਦਲ ਨਹੀਂ ਕੀਤਾ, ਕਹਿੰਦੇ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਏ, ਕਿਸੇ ਨੇ ਕੁਛ ਨਹੀਂ ਕਿਹਾ, ਕਿਸੇ ਨੇ ਕੁਛ ਨਹੀਂ ਦੱਸਿਆ, ਸੰਤ ਮਹਾਰਾਜ ਨੇ ਆਉਂਦੇ ਨਹੀਂ ਕਿ ਬਦਲੇ ਸ਼ੁਰੂ ਕਰ ਦਿੱਤਾ। ਕਹਿੰਦੇ ਕਿ ਵੀ ਸਾਡੇ ਲੋਕਾਂ ਦੇ ਵਿੱਚ ਭਰਮ ਪਿਆ ਹੋਇਆ, ਕਹਿੰਦੇ ਉਹ ਭਰਮ ਭਰਮੀ ਹੈ ਦਰਸ, ਹੁਣ ਰਾਜ ਕਰੇਗਾ ਖਾਲਸਾ। ਖਾਲਸਾ ਕੀ ਹੈ? ਖਾਲਸਾ ਸ਼ੁੱਧ, ਖਾਲਸਾ ਹੈ ਪਿਓਰ, ਸ਼ੁੱਧ ਪਿਓਰ ਕੀ ਹੈ? ਉਹ ਹੈ ਵਾਹਿਗੁਰੂ। ਕਹਿੰਦੇ ਵਾਹਿਗੁਰੂ ਦਾ ਰਾਜ ਪਹਿਲਾਂ ਵੀ ਸੀ, ਹੁਣ ਵੀ ਹੈ, ਔਰ ਸਦਾ ਬਾਅਦ ਨਹੀਂ ਰਹੇਗਾ। ਵਾਹਿਗੁਰੂ ਕਦੋਂ ਨਹੀਂ? ਵਾਹਿਗੁਰੂ ਤਾਂ ਆਦ ਸੱਚ ਹੈ, ਜੁਗਾਦ ਸੱਚ ਹੈ, ਵੀ ਸੱਚ, ਨਾਨਕ ਮਸੀ ਵੀ ਸੱਚ। ਆਕੀ ਰਹੇ ਨਾ ਕੋਏ, ਆਕੀ ਆਕਰਸ਼ਾਂ ਲੋਕ ਜਿਹਨਾਂ ਦੇ ਅੰਦਰ ਹੋਣੇ ਹੀ ਹੈ, ਉਹ ਸੰਸਾਰ ਨਾ ਰਹੇ ਨਾ ਰਹਿਣਗੇ। ਵਾਹਿਗੁਰੂ ਦਾ ਨਾਮ ਜਪਣ ਵਾਲੇ ਖਾਲਸੇ, ਦਸਮ ਪਾਤਸ਼ਾਹ ਨੇ ਵੀ ਖਾਲਸਾ ਸਾਜਿਆ ਬਚਨ ਕੀਤੇ, ਖਾਲਸਾ ਮੇਰੋ ਰੂਪ ਹੈ ਖਾਲਸਾ, ਖਾਲਸੇ ਮਿਹਨਤ ਕਰਨ ਵਾਸ, ਦਸਮ ਪਾਤਸ਼ਾਹ ਨੇ ਸਾਨੂੰ ਖਾਲਸਾ ਬਣਾਇਆ। ਹੁਣ ਸੋਚੋ ਆਪਣੇ ਮਨਾਂ ਵਿੱਚ ਧਰਤੀ ਮਾਰ ਕੇ, ਜਿਹੜੇ ਖਾਲਸੇ ਨੂੰ ਵਾਹਿਗੁਰੂ ਕਿਹਾ ਕਿ ਅਸੀਂ ਉਹੋ ਜਿਹੇ ਬਣ ਗਏ, ਕਿ ਅਸੀਂ ਸ਼ੁੱਧ ਹੋ ਗਏ, ਸਾਡੇ 'ਚ ਪਿਓਰਿਟੀ ਆ ਗਈ, ਜੇ ਨਹੀਂ ਆਏ ਤਾਂ ਸਾਹਸਾਂ ਵਿਚਾਰ ਕਰਦੀ ਨਹੀਂ, ਜੇ ਆਓ ਮੇਰੇ ਸਮਾਂ ਨਹੀਂ, ਅੱਗੇ ਵਿਚਾਰ ਵਧਾਈਏ, ਮਾਇਆ ਮੋਹ ਭਰਮ ਪੈ ਕਰਕੇ ਸੰਸਾਰ ਜੋ ਆਵੇ, ਜਿਹਾ ਮੂਰਤ ਕਰ ਆਰਾਧ ਹੈ ਸੋ ਸੰਤਨ ਦੇ ਪਾਵੇ। ਜਨ ਕੀ ਮਹਿਮਾ ਕੇ ਤੁਝ ਵਰਨਾ, ਜਨ ਦੀ ਮਹਿਮਾ, ਸੰਤ ਮਹਾਰਾਜ ਜੀ ਲਾੜੇ ਸਾਹਿਬ ਵਾਲਿਆਂ ਦੀ ਮਹਿਮਾ, ਕਿਤਨੇ ਕੁ ਵਰਨ ਕਰੀਏ, ਸਾਧ ਸੰਕਹਿਣੀ ਕਥਨੀ ਤੋਂ ਬਾਤ ਹੈ, ਜੋ ਤੇਰੇ ਅੰਗਰਾਤੇ ਕਹੁ ਨਾਨਕ ਜੀ ਨੂੰ ਸਤਿਗੁਰੂ ਖਰੀਦੇ, ਜਿਹਨਾਂ ਨੇ ਵਾਹਿਗੁਰੂ ਨਾਮ ਪਰਮੇਸ਼ਰ
ਫਿਰ ਨੂੰ ਸ਼ਾਸਨ ਰੱਦ ਹੈ, ਉਹਨਾਂ ਦੀ ਮਹਿਮਾ ਬੇਅੰਤ ਹੋ ਗਈ। ਔਰ ਹੁਣ 11 ਵਜੇ ਸਮਾਪਤੀ ਦਾ ਵਕਤ ਹੈ। ਆਪਾਂ ਸਾਰਿਆਂ ਨੇ ਸੰਤ ਮਹਾਰਾਜ ਦੇ ਪ੍ਰੇਮੀ ਧਾਰਨ ਪੜ੍ਹ ਕੇ ਨਾਲ ਲੱਗਦੀ ਗੁਰੂ ਸਤੋਤਰ ਪੜ੍ਹਨਾ ਹੈ, ਫਿਰ ਅਰਦਾਸ ਮਾਮਾ ਸਾਹਿਬ ਹੋਏਗਾ। ਬੇਨਤੀ ਇਹ ਹੈ, ਇਤਨਾ ਵੱਡਾ ਸਮਾਗਮ ਬਾਬਾ ਜੀ ਨੇ ਰੱਖਿਆ ਹੈ, ਮਾਤਾ ਅਮਰ ਸੰਚਾਰ ਵੀ ਹੈ, ਭਾਈ ਸਭਨਾ ਨੇ ਕੰਡੇ ਬਾਟੇ ਦਾ ਅਮਰ ਛਾ ਕੇ ਗੁਰੂ ਦੇ ਜਹਾਜ ਦੇ ਚਰਨ ਰੁਖ ਸੁਖੀ ਪ੍ਰਲੋਕ ਸੁਖੇਲੇ ਮਨ ਹਰ ਪ੍ਰਭਾ ਪ੍ਰੇਮ ਦੇ Thank you.
ਭਾਰਤ ਸਮੇਂ ਜਪਣਾ ਕਰਨ ਵਿਚਾਰਨੇ ਪਾਉਣ ਦੀ ਸਾਡੇ ਉੱਤੇ ਵਾਸੀ ਨੇ ਉਹ ਚ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਭ ਦੀਆਂ ਹਾਜ਼ਰੀਆਂ ਆਪਣੇ ਦਸ ਘਰ ਸੰਗਤਾਂ ਵਿੱਚ ਪ੍ਰਵਾਨ ਕਰਨੀਆਂ ਸਭ ਦੀਆਂ ਮਨੋ ਸ਼ੁਭਕਾਮਨਾਵਾਂ ਪੂਰੀਆਂ ਕਰਨੀਆਂ ਪਾਤਸ਼ਾਹ ਜੀ ਬੇਅੰਤ ਸੰਗਤਾਂ ਆਪ ਜੀ ਕਿਰਪਾ ਦਾ ਸਦਕਾ ਤਨ ਮਨ ਧਨ ਕਰਕੇ ਸੇਵਾ ਕਰਦੀਆਂ ਹਨ ਪਾਤਸ਼ਾਹ ਜੀ ਗਰੀਬ ਨਿਵਾਜ ਪਾਤਸ਼ਾਹ ਬੇਅੰਤ ਸਕੂਲਾਂ ਦੀਆਂ ਬੱਸਾਂ ਆਪ ਜੀ ਦੀਆਂ ਸੰਗਤਾਂ ਨੂੰ ਲਿਆਉਣ ਵਾਸਤੇ ਸਕੂਲਾਂ ਵਾਲਿਆਂ ਨੇ ਲਾਈਆਂ ਹੋਈਆਂ ਹਨ ਪਾਤਸ਼ਾਹ ਜੀ ਡਰਾਈਵਰ ਅਣਥੱਕ ਮਿਹਨਤ ਕਰਦੇ ਹਨ ਜਿਹੜੇ ਸਕੂਲ ਵਿੱਚ ਬੱਸਾਂ ਲੈ ਕੇ ਜਾਂਦੇ ਰਾਤਰੀ ਸੰਗਤਾਂ ਦੀਆਂ ਸੇਵਾ ਕਰਦੇ ਹਨ ਪਾਤਸ਼ਾਹ ਸਾਰੀਆਂ ਸੰਗਤਾਂ ਦੀ ਸੇਵਾ ਕੀਤੀ ਥਾਏ ਪਾਉਣੇ ਪਾਤਸ਼ਾਹ ਭੁੱਲਿਆਂ ਭਟਕਿਆਂ ਨੂੰ ਰਾਹ ਦਿਖਾ ਕੇ ਆਪਣੇ ਚਰਨਾਂ ਨਾਲ ਜੋੜ ਕੇ ਜੀਵਨ ਲੇਖਿਆਂ ਦੇ ਵਿੱਚ ਲਾਉਣੇ ਪਾਤਸ਼ਾਹ ਜੀ ਦੋ ਦਿਨ ਦੇ ਸੱਚੇ ਪਾਤਸ਼ਾਹ ਹੋਰ ਆਪ ਜੀਆਂ ਦੇ ਦੀਵਾਨ ਹਨ ਆਪ ਜੀ ਕਿਰਪਾ ਕਰਨੀ ਜਿਸ ਤਰ੍ਹਾਂ ਆਦਰ ਵਿਗੜਤਾ ਸਹਿਤ ਸਪੂਰਤਾਈਆਂ ਬਖਸ਼ੀਆਂ ਉਹ ਦੀਵਾਨਾਂ ਦੀ ਸਮਾਪਤੀ ਨਿਰਵਿਘਨਤਾ ਸਹਿਤ ਸੰਪੂਰਨ ਵਰਸ਼ਿਸ਼ ਕਰਨੀ ਪਾਤਸ਼ਾਹ ਜੀ ਵੱਧ ਤੋਂ ਵੱਧ ਸੰਗਤਾਂ ਦੇ ਦਰਸ਼ਨ ਵੇਲੇ ਵਰਸ਼ਿਸ਼ ਕਰਨੇ ਹਰ ਜਗ੍ਹਾ ਨਗਰਾਂ ਵਿੱਚ ਸੰਗਤਾਂ ਵਿੱਚ ਪੰਡਾਲਾਂ ਵਿੱਚ ਸੱਚੇ ਪਾਤਸ਼ਾਹ ਸੇਵਾ ਅੰਦਰ ਆਪ ਦੀ ਸਹਾਈ ਹੋਊਗੀ ਵਰਤਣਾ ਕਿਰਪਾ ਕਰਨੀ ਪਾਤਸ਼ਾਹ ਜੋ ਜੀ ਨਿਉ ਕੇ ਆਪ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨੂੰ ਮੰਗੀਆਂ ਮੁਰਾਦਾਂ ਪਾਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਹਮੇਸ਼ਾ ਨਾਮ ਦਾ ਰੰਗ ਸਭ ਦਾ ਸੰਗ ਬਖਸ਼ਣਾ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਹੀ ਚੇਤਾਵੇ ਪਾਤਸ਼ਾਹ ਕਰੋ ਕਿਰਪਾ ਆਪਣਾ ਅਲਾਹੀ ਹੁਕਮ ਬਖਸ਼ ਕੇ ਆਪਣੀਆਂ ਸੰਗਤਾਂ ਨੂੰ ਨਿਹਾਲ ਕਰੋ ਹੁਕਮ ਨੂੰ ਸਮਝਣ ਦੀ ਸੋਝੀ ਬਖਸ਼ੋ ਹੁਕਮ ਅਨੁਸਾਰ ਜੀਵਨ ਨੂੰ ਤੋਰਨ ਦੀ ਸਰਬੁੱਧੀ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੇ ਕਲਾ ਕਿਰਪਾ ਕਰਨਾ